ਤੁਹਾਡੇ ਸਾਰਿਆਂ ਦਾ। ਤੇ ਬਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਪਹਿਲਾਂ ਆਊਗਾ 12ਵੀਂ ਕਲਾਸ ਦੇ ਨਾਲੋਂ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਹੈਗੀ ਉਹ 15 ਤਰੀਕ ਨੂੰ ਆਉਣਾ, ਪਰ 15 ਤਰੀਕ ਨਿਕਲ ਚੁੱਕੀ ਹੈ ਦੋਸਤੋ ਤੇ ਅੱਜ 16 ਤਰੀਕ ਆ ਤੇ ਅਜੇ ਤੱਕ ਰਿਜ਼ਲਟ ਨਹੀਂ ਆਇਆ। ਤੇ ਅੱਜ ਮੈਂ ਫੇਰ ਕਾਲ ਕੀਤਾ ਤੇ ਉਹਨਾਂ ਤੋਂ ਪੁੱਛਿਆ ਰਿਜ਼ਲਟ ਬਾਰੇ ਕਿ ਰਿਜ਼ਲਟ ਕਦੋਂ ਆਊਗਾ, ਤੇ ਆਪਾਂ ਹੁਣ ਰਿਕਾਰਡਿੰਗ ਸੁਣਦੇ ਆ ਉਹਨਾਂ ਨੇ ਕੀ ਕਿਹਾ ਰਿਜ਼ਲਟ ਬਾਰੇ। ਤੇ ਅੱਜ ਮੈਂ ਮਤਲਬ 2 ਵਾਰੀ ਕਾਲ ਕੀਤਾ ਜੀ, ਇੱਕ ਵਾਰ ਮੈਂ ਕੀਤਾ ਇਨਕੁਆਇਰੀ ਆਫਿਸ ਕਾਲ ਕੀਤਾ, ਤੇ ਉਸ ਤੋਂ ਬਾਅਦ ਮੈਂ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ ਕਾਲ ਕੀਤਾ ਸੀ। ਤੇ ਮੇਰੇ ਕੋਲ 3 ਰਿਕਾਰਡਿੰਗਾਂ ਨੇ ਜੀ, ਆਪਾਂ 3 ਰਿਕਾਰਡਿੰਗ ਸੁਣਦੇ ਆ ਉਹਨਾਂ ਨੇ ਕੀ ਕਿਹਾ, ਤੇ ਜਿਹੜਾ ਜਦੋਂ ਮੈਂ ਇਨਕੁਆਇਰੀ ਆਫਿਸ ਕਾਲ ਕੀਤਾ ਉਹਨਾਂ ਨੇ ਕੀ ਕਿਹਾ। ਤੇ ਸਭ ਤੋਂ ਪਹਿਲਾਂ ਆਪਾਂ ਇਹ ਰਿਕਾਰਡਿੰਗ ਸੁਣਦੇ ਆ ਇਨਕੁਆਇਰੀ ਆਫਿਸ ਦੀ 424 ਨੰਬਰ ਵਾਲਾ। ਤੇ ਉਸ ਤੋਂ ਬਾਅਦ ਮੈਂ ਫਿਰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ, ਤੇ ਉਹਨਾਂ ਦਾ ਨੰਬਰ ਚੇਂਜ ਹੋ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 292 ਤੇ ਕਾਲ ਕਰੋ, ਜਦੋਂ ਮੈਂ 325 ਤੇ ਕਾਲ ਕੀਤਾ। ਤੇ ਆਹ ਦੂਸਰੀ ਰਿਕਾਰਡਿੰਗ ਤੁਸੀਂ ਸੁਣ ਲਓ। ਤੇ ਇਹਨਾਂ ਨੇ ਮੈਨੂੰ ਕਿਹਾ ਕਿ ਇਹ ਐਗਜ਼ਾਮੀਨੇਸ਼ਨ ਬ੍ਰਾਂਚ ਨਹੀਂ ਹੈਗਾ, ਤੁਸੀਂ 292 ਨੰਬਰ ਤੇ ਕਾਲ ਕਰੋ, ਜਿਹੜਾ ਪਿਛਲੇ 3 ਡਿਜ਼ਿਟ ਹੁੰਦੇ ਆ ਉਹਨੂੰ ਮਤਲਬ 292 ਲਾਓ ਉੱਥੇ। ਤੇ ਫਿਰ ਮੈਂ 292 ਲਾ ਕੇ ਕਾਲ ਕੀਤਾ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ, ਉਹਨਾਂ ਨੇ ਕੀ ਕਿਹਾ ਰਿਜ਼ਲਟ ਬਾਰੇ, ਕੰਪਾਰਟਮੈਂਟ ਰਿਜ਼ਲਟ ਬਾਰੇ, 10ਵੀਂ ਦੇ ਬਾਰੇ ਤੇ 12ਵੀਂ ਦੇ ਵੀ ਬਾਰੇ ਉਹਨਾਂ ਨੇ ਦੱਸ ਦਿੱਤਾ ਨਾਲ ਹੀ ਨਾਲ। ਤੇ ਹੁਣ ਆਪਾਂ ਇਹ ਰਿਕਾਰਡਿੰਗ ਸੁਣਦੇ ਹਾਂ। ਹਾਂਜੀ, ਜਿਵੇਂ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲੀ ਰਿਕਾਰਡਿੰਗ ਜਦੋਂ ਜਿਹੜੀ ਮੈਂ ਤੁਹਾਨੂੰ ਸੁਣਾਈ ਆ ਉਹਨਾਂ ਨੇ ਇਹਦੇ ਵਿੱਚ ਇਹ ਕਿਹਾ। ਤੇ ਵੀਰੇ ਸਭ ਤੋਂ ਪਹਿਲੀ ਗੱਲ, ਆਹ ਜਿਹੜੀ ਰਿਕਾਰਡਿੰਗ ਆ ਤੁਹਾਨੂੰ ਇੱਥੋਂ ਨਹੀਂ ਸੁਣਾਈ ਦਿੱਤੀ ਹੋਣੀ ਆ, ਤੁਸੀਂ ਇਸ ਨੂੰ ਡਾਊਨਲੋਡ ਕਰ ਲਿਓ। ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ 3 ਰਿਕਾਰਡਿੰਗ ਦਾ, ਤੁਸੀਂ ਉੱਥੋਂ ਜਾ ਕੇ ਉਹਨੂੰ ਡਾਊਨਲੋਡ ਕਰਕੇ ਕਲੀਅਰ ਕਲੀਅਰ ਸੁਣ ਸਕਦੇ ਹੋ ਕੀ ਕਹਿ ਰਹੇ ਨੇ, ਕਿਉਂਕਿ ਵੀਡੀਓ ਵਿੱਚ ਚੰਗੀ ਤਰ੍ਹਾਂ ਨਹੀਂ ਸੁਣਾਈ ਦਿੰਦਾ। ਤੇ ਸਭ ਤੋਂ ਪਹਿਲਾਂ ਜਦ ਮੈਂ ਇਨਕੁਆਇਰੀ ਆਫਿਸ ਕਾਲ ਕੀਤਾ ਸਭ ਤੋਂ ਪਹਿਲੀ ਰਿਕਾਰਡਿੰਗ ਜਿਹੜੀ, ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਹੈ ਜੀ ਕੰਪਾਰਟਮੈਂਟ ਦਾ, ਉਹ 15 ਤਰੀਕ ਨੂੰ ਨਹੀਂ ਆਉਣਾ ਵਾ, ਉਹ ਮਤਲਬ ਜਿਵੇਂ ਕਿ 15 ਤਰੀਕ ਨਿਕਲ ਚੁੱਕੀ ਆ ਉਹ 15 ਨੂੰ ਨਹੀਂ ਆਉਣਾ ਸੀ। ਤੇ ਪਹਿਲਾਂ ਤਾਂ ਉਹ ਕਹਿ ਰਹੇ ਸੀ 15 ਨੂੰ ਆਉਣਾ, ਹੁਣ ਉਹ ਕਹਿ ਰਹੇ ਨੇ ਕਿ 18-19 ਦੇ ਵਿੱਚ ਆਊਗਾ, 12ਵੀਂ ਦਾ ਵੀ ਤੇ 10ਵੀਂ ਦਾ ਵੀ, ਮਤਲਬ ਇਹੀ ਕਹਿ ਰਹੇ ਨੇ, 1-2 ਦਿਨ ਇੱਧਰ ਹੋਊਗਾ। ਤੇ ਉਹਨਾਂ ਨੇ ਬਸ ਆਹੀ ਗੱਲ ਕਹਿ ਕੇ ਮਤਲਬ ਕਾਲ ਮੇਰੀ ਕੱਟ ਕਰ ਦਿੱਤੀ। ਉਸ ਤੋਂ ਬਾਅਦ ਮੈਂ ਕਾਲ ਕੀਤਾ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ, ਉਹਨਾਂ ਨੇ ਕਿਹਾ ਜਿਹੜਾ ਰਿਜ਼ਲਟ ਹੈ ਜੀ ਕੰਪਾਰਟਮੈਂਟ ਦਾ 10ਵੀਂ ਅਤੇ 12ਵੀਂ ਕਲਾਸ ਵਾਲਿਆਂ ਦਾ, ਉਹ ਇਸੇ ਹਫ਼ਤੇ ਆਊਗਾ, ਯਾਨੀ ਕਿ ਸੋਮਵਾਰ ਤੋਂ ਲੈ ਕੇ, ਯਾਨੀ ਕਿ ਅੱਜ ਤੋਂ ਲੈ ਕੇ ਸ਼ੁੱਕਰਵਾਰ ਤੱਕ, ਕਿਉਂਕਿ ਸ਼ਨੀਵਾਰ ਨੂੰ ਤਾਂ ਬਹੁਤ ਹੀ ਘੱਟ ਚਾਂਸ ਹੋਣਗੇ ਆਉਣ ਦੇ ਰਿਜ਼ਲਟ ਦੇ, ਬਾਕੀ ਐਤਵਾਰ ਨੂੰ ਵੀ ਬੰਦ ਹੀ ਹੁੰਦਾ PSB ਅਤੇ ਸੈਚਰਡੇ ਨੂੰ ਵੀ ਬੰਦ ਹੁੰਦਾ ਵਾ। ਅਤੇ ਉਹਨਾਂ ਨੇ ਕਿਹਾ ਕਿ ਮਤਲਬ ਇਸ ਹਫ਼ਤੇ ਆਜੂਗਾ ਰਿਜ਼ਲਟ 10ਵੀਂ ਅਤੇ 12ਵੀਂ ਵਾਲਿਆਂ ਦਾ। ਅਤੇ ਉਹਨਾਂ ਨੇ ਕਿਹਾ ਕਿ ਇੱਕ ਪੁਆਇੰਟ ਹੋਰ ਦੱਸਿਆ ਉਹਨਾਂ ਨੇ ਕਿ ਇਕੱਠੇ ਰਿਜ਼ਲਟ ਨਹੀਂ ਆਊਗਾ, ਪਹਿਲਾਂ 10ਵੀਂ ਦਾ ਆਊਗਾ ਫਿਰ 12ਵੀਂ ਦਾ ਆਊਗਾ, ਜਾਂ ਫਿਰ ਇਹ ਹੋ ਸਕਦਾ ਪਹਿਲਾਂ 12ਵੀਂ ਦਾ ਆ ਜਾਵੇ ਫਿਰ 10ਵੀਂ ਦਾ ਆਵੇ। ਅਤੇ ਉਹਨਾਂ ਨੇ ਕਿਹਾ ਕਿ ਫਰਕ ਸਿਰਫ 1-2 ਦਿਨ ਦਾ ਹੋਊਗਾ, ਜਿਵੇਂ ਕਿ ਅੱਜ 10ਵੀਂ ਦਾ ਆ ਗਿਆ ਤਾਂ 12ਵੀਂ ਦਾ ਕੱਲ੍ਹ ਆਜੂਗਾ ਅਤੇ ਨਹੀਂ ਤਾਂ ਪਰਸੋਂ ਆਜੂਗਾ, ਇਸ ਤਰ੍ਹਾਂ ਹੋ ਸਕਦਾ ਵਾ। ਅਤੇ ਉਹਨਾਂ ਨੇ ਕਿਹਾ, ਫਿਰ ਮੈਂ ਉਹਨਾਂ ਤੋਂ ਪੁੱਛਿਆ ਮੈਮ ਕੀ ਮਤਲਬ ਚੱਕਰ ਕੀ, ਹਜੇ ਕੀ ਮਤਲਬ ਬਾਕੀ ਕੀ ਰਹਿ ਗਿਆ ਵਾ। ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਹਜੇ ਸਾਡੇ ਇੱਧਰ ਤਾਂ ਪ੍ਰੋਸੈਸਿੰਗ ਦਾ ਸਾਰਾ ਕੰਮ ਹੋ ਗਿਆ ਵਾ, ਜਿਹੜੀ ਵੀ ਮਤਲਬ ਚੈਕਿੰਗ ਚੁੱਕਿੰਗ ਹੋਣੀ ਸੀਗੀ
ਵੰਡ ਨੰਬਰ ਦੇ ਵੰਡ ਜਿਹੜੀ ਵੀ ਕੁਛ ਹੋਣਾ ਸੀਗਾ ਉਹ ਸਾਰਾ ਕੁਛ ਹੋ ਗਿਆ ਵਾ। ਹੁਣ ਜਿਹੜੇ ਮਤਲਬ ਜਿਹੜੇ ਕੰਪਿਊਟਰ ਬ੍ਰਾਂਚ ਵਿੱਚ ਗਏ ਹੋਏ ਆ, ਹੁਣ ਜਿਹੜੇ ਕੰਪਿਊਟਰ ਬ੍ਰਾਂਚ ਵਾਲੇ ਨੇ ਜਿਹੜਾ ਕੰਮ ਕਰਨਾ ਨੈੱਟ ਰਿਜ਼ਲਟ ਪਾਉਣਾ ਨੈੱਟ ਤੇ, ਉਹਨਾਂ ਦਾ ਕੰਮ ਰਹਿ ਰਿਹਾ ਵਾ ਥੋੜ੍ਹਾ ਜਿਹਾ, ਅਤੇ ਉਹ ਦੋ ਤਿੰਨ ਚਾਰ ਦਿਨ 'ਚ ਕੰਪਲੀਟ ਹੋ ਕੇ ਉਹਨਾਂ ਨੇ ਨੈੱਟ 'ਚ ਪਾ ਦੇਣਾ, ਅਤੇ ਫਿਰ ਉਧਰੋਂ ਪ੍ਰੋਸੈਸਿੰਗ ਹੋ ਕੇ ਤੁਹਾਡੇ ਕੋਲ ਪਹੁੰਚ ਜੂਗਾ। ਅਤੇ ਜਿਸ ਦਿਨ ਵੀ ਰਿਜ਼ਲਟ ਆ ਗਿਆ ਜੀ, ਮੈਂ ਤੁਹਾਨੂੰ ਜਦ ਹੀ ਵੀਡੀਓ ਅਪਲੋਡ ਕਰਕੇ ਦੱਸ ਦੂੰਗਾ। ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਰਿਜ਼ਲਟ ਹੈ ਜੀ 18-19 ਤੱਕ ਆ ਜਾਣਾ ਵਾ, ਮਤਲਬ ਆ ਜਾਣਾ ਚਾਹੀਦਾ ਵਾ। ਅਤੇ ਜਿਵੇਂ ਕਿ ਮੈਂ ਉਹਨਾਂ ਨੇ ਵੀ ਇਹੀ ਗੱਲ ਕਹੀ ਜਦੋਂ ਆਪਾਂ ਇਨਕੁਆਇਰੀ ਆਫਿਸ ਕਾਲ ਕੀਤਾ ਸੀਗਾ, ਉਹਨਾਂ ਨੇ ਵੀ ਇਹੀ ਗੱਲ ਕਹੀ 18-19 ਦੇ ਵਿੱਚ ਮਤਲਬ ਆ ਜਾਣਾ। ਅਤੇ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਇਸੇ ਹਫਤੇ ਤੱਕ ਆ ਜਾਣਾ ਅਤੇ 18-19 ਦੇ ਵਿੱਚ ਆ ਜਾਣਾ। ਅਤੇ ਬਸ ਇਹੀ ਗੱਲ ਇਹਨਾਂ ਨੇ ਕਹੀ ਆ ਕਿ ਮਤਲਬ ਇਸੇ ਹਫਤੇ ਤੱਕ ਆ ਜੂਗਾ। ਅਤੇ ਬਸ ਇਹੀ ਆਪਾਂ ਇੱਕ ਅਪਡੇਟ ਆਈ ਹੈ ਜੀ। ਅਤੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਰਿਜ਼ਲਟ ਬਾਰੇ ਅਪਡੇਟ ਆਏ ਜੀ ਓਫੀਸ਼ੀਅਲੀ, ਆਹ ਦੇਖ ਸਕਦੇ ਹੋ ਤੁਸੀਂ ਵੈਬਸਾਈਟ ਚੱਲ ਰਹੀ ਹੈ, ਇੱਥੇ ਕੋਈ ਅਜੇ ਓਫੀਸ਼ੀਅਲ ਅਪਡੇਟ ਨਹੀਂ ਆਇਆ। ਅਤੇ ਜਦੋਂ ਵੀ ਕੋਈ ਓਫੀਸ਼ੀਅਲ ਅਪਡੇਟ ਆਇਆ ਰਿਜ਼ਲਟ ਬਾਰੇ, ਤਾਂ ਮੈਂ ਜੀ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਨੂੰ ਸੂਚਿਤ ਕਰ ਦੂੰਗਾ, ਉਸੇ ਵਕਤ ਹੀ ਵੀਡੀਓ ਆਜੂਗੀ ਅਤੇ ਤੁਹਾਨੂੰ ਮੈਂ ਦੱਸ ਦੂੰਗਾ। ਅਤੇ ਕੱਲ੍ਹ ਹੁਣ ਫਿਰ ਆਪਾਂ PSB ਕਾਲ ਕਰਕੇ ਪੁੱਛਾਂਗੇ, ਹੁਣ ਜਦੋਂ ਤੱਕ ਰਿਜ਼ਲਟ ਨਹੀਂ ਆਊਗਾ ਆਪਾਂ ਰੋਜ਼ PSB ਕਾਲ ਕਰਕੇ ਅਪਡੇਟ ਲੈਂਦੇ ਰਹਾਂਗੇ, ਸਰ ਰਿਜ਼ਲਟ ਕਦੋਂ ਤੱਕ ਆਊਗਾ 10ਵੀਂ ਅਤੇ 12ਵੀਂ ਵਾਲਿਆਂ ਦਾ ਕੰਪਾਰਟਮੈਂਟ ਦਾ। ਅਤੇ ਆਪਾਂ ਹੁਣ ਰੋਜ਼ ਮਤਲਬ ਕਾਲ ਕਰਕੇ ਪੁੱਛਾਂਗੇ ਅਤੇ ਤੁਹਾਨੂੰ ਰਿਕਾਰਡਿੰਗ ਮੈਂ ਸੁਣਾ ਦੂੰਗਾ ਕਿ ਉਹ ਕੀ ਨਾਲ ਨਾਲ ਕੀ ਕੀ ਕਹਿ ਰਹੇ ਨੇ ਸਾਨੂੰ ਰਿਜ਼ਲਟ ਬਾਰੇ। ਅਤੇ ਬਸ ਇਸ ਵੀਡੀਓ ਵਿੱਚ ਆਹੀ ਸੀਗਾ ਦੋਸਤੋ। ਅਤੇ ਜਿਹੜੀ ਰਿਕਾਰਡਿੰਗ ਆ ਸੀਗੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਤੇ ਪਾ ਦਿੰਦਾ ਜੀ, ਤੁਸੀਂ ਡਿਸਕ੍ਰਿਪਸ਼ਨ 'ਚ ਜਾਓ ਅਤੇ ਉਹ ਰਿਕਾਰਡਿੰਗ ਡਾਊਨਲੋਡ ਕਰਕੇ ਸੁਣ ਲਓ ਕਿ ਬੋਰਡ ਦੇ ਕਰਕੇ ਕੀ ਕਹਿ ਰਹੇ ਨੇ, ਕਲੀਅਰ ਕਲੀਅਰ ਸੁਣ ਲਿਓ ਤੁਸੀਂ। ਅਤੇ ਗੱਲ ਕਰੀਏ ਜੀ, ਬਸ ਇਹੀ ਮੈਂ ਤੁਹਾਨੂੰ ਦੱਸਣਾ ਸੀਗਾ ਜੀ। ਅਤੇ ਕਾਫੀ ਫਰੈਂਡਸ ਮਤਲਬ ਟੈਨਸ਼ਨ ਲੈ ਰਹੇ ਨੇ ਕਿ ਰਿਜ਼ਲਟ ਕਦੋਂ ਤੱਕ ਆਊਗਾ। ਵੀਰੇ ਤੁਸੀਂ ਟੈਨਸ਼ਨ ਨਾ ਲਓ, ਜਦੋਂ ਵੀ ਕੋਈ ਅਪਡੇਟ ਆਈ ਰਿਜ਼ਲਟ ਬਾਰੇ ਓਫੀਸ਼ੀਅਲ ਅਪਡੇਟ ਆਇਆ, ਮੈਂ ਤੁਹਾਨੂੰ ਜਲਦੀ ਤੋਂ ਜਲਦੀ ਦੱਸ ਦੂੰਗਾ, ਟੈਨਸ਼ਨ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਇਹਦੇ ਵਿੱਚ। ਅਤੇ ਤੁਸੀਂ ਬਸ ਐਂ ਕਰੋ, ਤੁਸੀਂ ਜਿਹੜਾ ਚੈਨਲ ਆ ਜੀ ਇਹਦਾ ਬਸ ਮਤਲਬ ਜਿਹੜਾ ਬੈਲ ਆਈਕਨ ਹੁੰਦਾ ਉਹ ਪ੍ਰੈਸ ਕਰ ਦਿਉ, ਅਤੇ ਹੋਰ ਕੁਛ ਨਾ ਕਰਿਓ, ਬਸ ਬੈਲ ਆਈਕਨ ਪ੍ਰੈਸ ਕਰ ਦਿਉ, ਤਾਂ ਕਿ ਇਹਦੇ ਨਾਲ ਹੋਊਗਾ ਕਿ ਮੈਂ ਜਦੋਂ ਵੀ ਵੀਡੀਓ ਅਪਲੋਡ ਕੀਤੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ, ਅਤੇ ਤੁਸੀਂ ਮਤਲਬ ਤੁਹਾਨੂੰ ਜਲਦੀ ਤੋਂ ਜਲਦੀ ਪਤਾ ਲੱਗ ਜਾਊਗਾ ਕਿ ਹਾਂ ਰਿਜ਼ਲਟ ਆ ਗਿਆ ਵਾ। ਅਤੇ ਬਸ ਇਸੇ ਹਫਤੇ ਤੱਕ ਆ ਜਾਣਾ ਵਾ ਰਿਜ਼ਲਟ। ਅਤੇ ਤੁਸੀਂ ਬਸ ਹੁਣ ਆਪਾਂ ਰੈਗੂਲਰ ਪੁੱਛਦੇ ਰਹਾਂਗੇ, ਕੱਲ੍ਹ ਵੀ ਪੁੱਛਾਂਗੇ ਪਰਸੋਂ ਵੀ ਪੁੱਛਾਂਗੇ, ਜਦੋਂ ਤੱਕ ਰਿਜ਼ਲਟ ਨਹੀਂ ਆਇਆ 10ਵੀਂ ਅਤੇ 12ਵੀਂ ਕਲਾਸ ਵਾਲਿਆਂ ਦਾ ਕੰਪਾਰਟਮੈਂਟ ਦਾ ਜੀ। ਠੀਕ ਹੈ ਜੀ, ਬਸ ਜੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ। ਧੰਨਵਾਦ ਤੁਹਾਡੇ ਸਾਰੇ।